ਜੀ ਲਾਈਟ ਆਪਣੇ ਹੋ ਗਈ ਅੱਜ ਬੰਦ, ਬੁੱਧਵਾਰ ਦਾ ਦਿਨ ਅਤੇ ਕਿਰਨ ਹੋ ਚੁੱਕ ਰੈਡੀ ਹੋ ਕੇ ਬੈਠੀ। ਹਾਂਜੀ ਸਤਿ ਸ਼੍ਰੀ ਅਕਾਲ, ਵੈਲਕਮ, ਕੀ ਹਾਲ ਚਾਲ, ਕਿਵੇਂ ਹੋ ਸਾਰੇ? ਠੀਕ ਠਾਕ, ਇੱਧਰ ਪੱਖੀ ਚੱਲ ਰਹੀ ਹੈ ਅਤੇ ਅਸੀਂ ਜਾ ਰਹੇ ਹਾਂ ਅੱਜ ਹੋਸਪਿਟਲ। ਚਲੋ ਵੇਖੀ ਪਰਮਾਤਮਾ ਸਭ ਕੁਛ ਚੰਗੀ ਕਲਾ 'ਚ ਰੱਖੇ। ਚੱਲਣ ਲੱਗੇ ਘਰੋਂ ਆਪਾਂ, ਵੀ ਆਪਾਂ ਘਰੋਂ ਅਤੇ ਹੋਸਪਿਟਲ ਚੱਲਦੇ ਹਾਂ। ਚਲੋ, ਅਤੇ ਬਾਕੀ ਪਹਿਲਾਂ ਆਪਾਂ ਉੱਧਰ ਮੰਮੀ ਆਪਣੀ ਨੂੰ ਫੋਨ ਕੀਤਾ ਸੀ ਕਿ ਚਲੋ ਨਾਲ ਜਾਏਗੀ, ਮੰਮੀ ਨਾਲ ਜਾਣਾ ਸੀ ਕਿਤੇ, ਅਤੇ ਉਹ ਕਹਿੰਦੇ ਨਹੀਂ ਤੁਸੀਂ ਘੁਵਾਓ। ਫਿਰ ਇੱਧਰੋਂ ਮੰਮੀ ਨੂੰ ਫੋਨ ਕੀਤਾ, ਉਹ ਕਹਿੰਦੇ ਚਲੋ ਮੈਂ ਚੱਲ ਜਾਂਦੀ ਹਾਂ ਨਾਲ। ਉਹ ਕੁਛ ਨਹੀਂ, ਰਾਮਦਾਸ ਕਿਰਪਾ ਕਰੋ, ਸਭ ਠੀਕ ਬਣਾਉ। ਫੁੱਫੂ ਆਏ ਨੀ? ਫੁੱਫੂ ਕਿੱਥੇ? ਆਵਾਜ਼ ਮਾਰ ਕੇ ਲਿਆਓ, ਫੁੱਫੂਏ ਘੜੀ ਖਲੋ ਕੇ ਆਵਾਜ਼ ਦਿਓ। ਆਜੋ ਆਜੋ ਚੜ ਗਈ ਤੁਰ ਕੇ, ਆਜੋ। ਆ ਬੋਤਲ ਲਿਆਂਦੀ ਆ ਵੇ ਤੈਨੂੰ। ਆਏ ਕਾਕੇ ਦੀ ਬੋਤਲ ਕਿੰਨੀ ਸੋਹਣੀ, ਹੈਂ? ਲਾ ਕੇ ਆਓ ਬੋਤਲ। ਕਿੱਥੇ ਮਾਮੂ? ਬੋਤਲ ਦੇ ਦਿਓ, ਬੋਤਲ ਦੇ ਦਿਓ। ਹਾਂਜੀ, ਪਾਣੀ ਪਾਣੀ ਦੇ ਲੈ ਭੂਆ ਨੂੰ ਪੀ। ਬਾਲ ਬੜਾ ਚੋਣਾ ਹੀ ਹੈ ਕਾਕੇ। ਚਾਚੀ ਕਾ ਕੀ ਸਲਾਹ ਚੱਲਣ ਦੀ ਹੈ? ਸਲਾਹ ਚੱਲਣ ਦੀ ਵੇ, ਅੱਜ ਵੇ ਟੌਰ ਵੇ, ਅੱਜ ਟੌਰ ਵੇਖੀ ਦੀ ਸਹੀ ਗੱਲ। ਬੱਫੀ ਪਾ ਦੋ, ਬੱਫੀ ਪਾ ਦੋ, ਉੱਠ ਗਿਆ ਹੁਣ। ਇੱਧਰ ਬੱਫੀ ਪਾ ਦੋ, ਇੱਧਰ ਵੀ, ਇੱਧਰ ਪਾ ਦੋ, ਵੇਖੀ ਵਾਰੀ ਵਾਰੀ ਕਰਦੇ। ਚਲੋ ਚੱਲੀਓ, ਚੋਣੀ ਮੇਰੀ ਹੈਲੋ, ਹੈਲੋ ਕਰ ਦੋ, ਹੈਲੋ ਹੈਲੋ ਕਰ ਦੋ, ਇੱਧਰ ਹੈਲੋ ਹੈਲੋ ਹੈਲੋ। ਸੋਹਣਾ ਕਾਕਾ, ਕਾਕਾ ਕਿੱਥੇ? ਕਾਕਾ ਨੋਜੀ ਕਿੱਥੇ? ਕਾਕੇ ਦੀ ਓਏ ਹੈਂ ਨਾ, ਸੂਟ ਬਹੁਤ ਸੋਹਣਾ, ਬਹੁਤ ਸੋਹਣਾ ਜੀ, ਇਹ ਤੇ ਗਲਾ ਵੀ ਆ ਤੇ ਬਾਹਾਂ ਵੀ। ਕੱਲ ਗਏ ਨਾ ਆਪਾਂ ਅੰਮ੍ਰਿਤਸਰ ਤੇ ਉਧਰੋਂ ਗਏ ਉਹ ਇੱਕ ਫੈਮਿਲੀ ਦਿੱਲੀ ਤੋਂ, ਤੇ ਉਹਨਾਂ ਗਿਫਟ ਦਿੱਤਾ ਸੀਗਾ, ਉਹ ਕਹਿੰਦੇ ਕਿਰਨ ਦੀਦੀ ਹੋਣਾ ਦੇ ਦਿਓ, ਆ ਕਿਰਨ ਦੀਦੀ ਹੋਣਾ ਦਾ ਗਿਫਟ ਹੈ। ਹੋ ਜੀ ਉਹ
ਠੀਕ ਆ ਭਾਜੀ, ਵੇਖ ਲਓ ਸੋਹਣਾ ਆਹ ਵੇਖੋ। ਇੱਕ ਵਾਰੀ ਸਾਫ ਕੱਪੜਾ ਮਾਰ ਕੇ ਨਾ ਸਾਫ ਕਰਦੇ ਫਿਰ ਸੋਹਣੀ ਹੋ ਜਾਣੀ। ਹੋਰ ਹਰ ਗੁਣ ਡੋਲ ਦਿੱਤੀ, ਉਹ ਘੁੰਮਦੀ ਇੱਦਾਂ ਭਰਾ ਸਾਰੇ ਵਿਹੜੇ ਚ। ਕਲਰ ਕਲਰ ਲਿਖਿਆ ਹੋਣਾ ਵੀ ਨੀਲਾ, ਕਲਰ ਹੋਰ ਵੀ ਹੁੰਦੇ ਹੋਣੇ ਨਾ। ਪਹੁੰਚ ਗਏ ਹੋਸਪਿਟਲ, ਚਲੋ ਗੱਡੀ ਕਰੀ ਪਹੁੰਚ ਕੇ ਆਪਾਂ ਬਾਲੀਏ ਕੋ ਗਾਂ ਨਹੀਂ ਜਾਣ ਡੇ ਹੈ। ਇੱਥੇ ਖਲੋਤੇ ਜਾ ਕੇ ਪਰਚੀ ਪਰਚੀ ਦਿਖਾਉਣੀ ਸੀ। ਆਪਾਂ ਬੈਠੇ ਵੇਟਿੰਗ ਹਾਲ ਬਾਲੀਏ ਅਤੇ ਟਾਈਮ ਕਾਫੀ ਲੱਗਣਾ ਹੈ। ਹੋਰ ਕਹਿੰਦੇ ਅੱਧੇ ਪੌਣੇ ਘੰਟੇ ਤੱਕ ਮਿਲਦੀ, ਟਾਈਮ ਬੜਾ ਲੱਗ ਗਿਆ ਸਾਨੂੰ ਹੈ। ਉੱਥੋਂ ਪੀਂਦੇ ਹੁਣ ਜੂਸ, ਜੂਸ ਪੀ ਕੇ ਗੱਡੀ ਆਪਾਂ ਉੱਧਰ ਹੀ ਲਾਈ ਆਪਣੀ, ਕਿਉਂਕਿ ਇੱਧਰ ਪਾਰਕਿੰਗ ਵਾਸਤੇ ਜਗ੍ਹਾ ਦੇਣਾ ਕਿ ਬਿਲਕੁਲ ਬਲੋਕ ਕੀਤਾ ਪੂਰਾ ਹੀ ਏਰੀਆ ਸਾਰਾ ਹੀ, ਗੱਡੀਆਂ ਮੋਟਰਸਾਈਕਲ ਬਹੁਤ ਲੱਗੇ ਆ, ਉਸ ਨਾਲ ਆਪਾਂ ਉੱਧਰ ਹੀ ਲਾਇਆ ਕੰਮ। ਇੱਥੋਂ ਪੀਵਾਂਗੇ ਜੂਸ, ਗੱਡੀ ਆਪਾਂ ਉੱਧਰ ਪਾਰਕ ਕੀਤੀ ਆਪਣੀ ਗੱਡੀ, ਗੱਡੀ ਆਪਾਂ ਇੱਥੇ ਸੈਰ ਕੇ ਲਾਈ ਕਿਉਂਕਿ ਉੱਧਰ ਟ੍ਰੈਫਿਕ ਬਹੁਤ ਹੁੰਦੀ ਬਾਲੀਆ ਦੇ, ਲਾਉਣ ਵਾਸਤੇ ਜਗ੍ਹਾ ਨਹੀਂ ਹੁੰਦੀ। ਪੁੱਲ ਦੇ ਅਲੱਗ ਅਲੱਗ ਕਿੱਦਾਂ ਗੱਡੀਆਂ ਲੱਗੀਆਂ, ਇੱਧਰ ਵੀ ਕਾਫੀ ਲੱਗੀ। ਚਲੋ ਬੈਠੋ ਚੱਲੀ ਜਾਣਾ ਹੋਸਪਿਟਲ, ਫਿਰ ਬਹਿ ਜਾਓ ਹੁਣ, ਕਿਤੇ ਨਹੀਂ ਗਰਮੀ ਹੈਗੀ, ਗਰਮੀ ਹੈਗੀ। ਆਪਾਂ ਰੁਕੇ ਗੁਰਦਾਸਪੁਰ ਰੋਡ 'ਤੇ, ਦਵਾਣੇ ਬੜੇ ਲਾਏ, ਆ ਗਈ ਹੁਣ ਗਰਮੀ, ਇਹੋ ਚੀਜ਼ਾਂ ਚੱਲਣਗੀਆਂ ਹੁਣ। ਆਹ ਬੜੀ ਵਧੀਆ ਚੀਜ਼ ਆ ਨਾ, ਆ ਕੀ ਇਹ ਟੰਗਣ ਵਾਸਤੇ ਘਰੇ ਲੈ ਕੇ ਜਾਵਾਂਗੇ ਚੀਜ਼ਾਂ ਇਹੋ ਜਿਹੀਆਂ, ਰੈਡੀਮੇਡ ਹੁਣ ਬਣਾਉਂਦੇ, ਪਹਿਲਾਂ ਉਹ ਬਿਜੜੇ ਬਣਾਉਂਦੇ ਹੁੰਦੇ ਸੀ ਨਾ ਆਪ, ਹੁਣ ਇਹ ਆ ਵੀ ਆਉਂਦਾ ਪਿਆ ਰੈਡੀਮੇਡ ਹੀ ਕੰਮ, ਸਭ ਕੰਮ ਮੁਕਾਤਾ ਇਹਨਾਂ ਨੇ ਉਹਦਾ। ਮੈਂ ਕਿਹਾ ਚੱਪਲ ਲੈ ਲੈਂਦੇ ਇੱਕ, ਮੈਂ ਚੱਪਲ ਲੈਣੀ ਉਮਰ ਕੋਈ ਲੈਣੀ ਬਣੀ ਵਾਲੀ ਚੱਪਲ ਜਿਹੜੀ ਟੈਡੀ ਬੀਅਰ ਹੁੰਦੇ, ਇਹ ਇਦਾਂ ਦੀ ਨਹੀਂ ਚਾਹੀਦੀ ਚੱਪਲ, ਇਹ ਚੱਪਲ ਦੂਜੀ ਚਾਹੀਦੀ ਜਿਹੜੀ ਫੈਕਟਰੀ ਦਾ ਆਵੋ ਸੈਂਡਲ ਟੈਪ ਸੈਂਡਲ ਸਿਰਫ ਜਿਹੜੇ ਕੰਮ ਦੇ ਫੋਨ ਦੇ ਕੱਪੜੇ ਤੇ ਇਹ ਚਮੜੇ ਜਿਹੜੀ ਹੁੰਦੀ ਜਿਹੜੀ ਉਹ ਵਿਖਾਓ। ਵੈਰੀ ਗੁੱਡ, ਚਲ ਚਮੜੇ ਇਹ ਛੋਟੀ ਜੀ ਵੱਡੀ ਨਹੀਂ ਨਿੱਕੀ ਆ ਵੀ ਤੇ ਸੋਹਣੀ ਆ ਜਣੀ ਇੱਕ ਟੈਡੀ ਬੀਅਰ ਵਾਲੀ ਭਾਲੂ ਵਾਲੀ ਨਹੀਂ ਹੁੰਦੀ ਉਹ ਖਾ ਦੋ ਆ ਕਿੰਨੀ ਸੋਹਣੀ ਜੀ ਹਣਾ ਇਹ ਗੋਡਾ ਠੀਕ ਹੈ ਹੋਰ ਵਖਾਓ ਟੈਡੀ ਠੀਕ ਹੈ ਨੰਬਰ ਠੀਕ ਹੈ ਨੰਬਰ ਠੀਕ ਹੈ ਇੱਧਰ ਮੰਮੀ ਵੀ ਬੈਠੇ ਇਹਨਾਂ ਨੂੰ ਚੱਪਲ ਨਹੀਂ ਪਸੰਦ ਆਉਂਦੀ ਇੰਨੇ ਜੋੜੇ ਕਢਾ ਤੇ ਉਹ ਠੀਕ ਸੀ ਬਰਾਊਨ ਜੀ ਜਿਹੜੀ ਪਹਿਲਾਂ ਤੁਸੀਂ ਪਾਈ ਆ ਵੀ ਸੋਹਣੀ ਜੀ ਆ ਵੀ ਸਹੀ ਲੱਗੀ ਮੈਨੂੰ ਤੇ ਹਨਾ ਸਿੰਪਲ ਜੀ ਇਹਦੇ ਜੇ ਕਲਰ ਹੋਰ ਵਿਖਾ ਦੋ ਕਾਲਾ ਹੀ ਕਾਲਾ ਹੋਰ ਲੋ ਭਾਵੇਂ ਕਹਿੰਦੇ ਕਾਲਾ
ਬਾਰਾਂ ਨੰਬਰ ਨਾ ਪੈਰ ਨਾ ਤਿਲਕੇ ਨਾ ਨਾ ਚੱਪਲ ਸਲੈਪਰ ਕਰੇ ਪਾਣੀ ਕਿੰਨੇ ਪਰ ਠੀਕ ਠੀਕ ਉਹ ਚੱਪਲ ਦੇਣੀ ਨਹੀਂ ਉਹ ਚੱਪਲ ਦੀ ਪਲਾਸ ਹੁੰਦਾ ਸਲੈਪਰ ਕਰੇ ਗਰਮੀ ਹੈ ਆਈ ਪਸੰਦ ਹਾਂ ਨਾ ਨਹੀਂ ਆਉਂ ਕੋਈ ਜੀ 7 ਨੰਬਰ ਦਿੱਤਾ ਨਹੀਂ ਅੱਛਾ ਬਾ ਨਹੀਂ 5 ਨੰਬਰ ਨਾ ਜੀ ਤਰਿਓ ਨੋ ਪਾਨੋ ਨੰਬਰ ਸਾਰੇ ਟੈਡੀ ਬੀਅਰ ਵਾਲੀ ਨੇ ਆ ਕਿੰਨੇ ਦੀ ਆ ਕਿੰਨੇ ਦੀ ਬਲੈਕ ਵੀ ਸੋਹਣੀ ਹੈ ਦੋਵੇਂ ਜੋੜੇ ਕਿੰਨੇ ਲਾਉਣੇ ਦੋ ਦੇ ਦੋ ਇਹ ਵੀ ਸੋਹਣੀ ਕੱਢਣ ਡਿਆ ਵੀਰ ਮੈਂ ਚੱਪਲ ਲੈ ਲਈ ਉਹ ਵੇਖ ਜਿਹੜੀ ਲੱਗੀ ਬਲੈਕ ਕਲਰ ਦੀ ਉਹ ਲਈ ਸਾਡੀ ਕਿੰਨਾ ਪਸੰਦ ਨਹੀਂ ਨਾ ਆਉਂਦੀ ਬਸ ਖਲਾਰਾ ਮੈਨੂੰ ਕਹਿੰਦੀ ਬੰਦੇ ਖਲਾਰਾ ਤੇ ਆਪ ਆ ਜਾਂਦੀ ਕਿੰਨਾ ਹੀ ਕਰੋ ਚੈੱਕ ਇਹ ਘਰ ਨਹੀਂ ਉਹ ਪੈਣੀ ਲਓ ਜੀ ਪਹੁੰਚ ਗਏ ਆਪਾਂ ਘਰ ਸਵੇਰ ਦੇ 10 ਵਜੇ ਆਪਾਂ ਗਏ ਸੀ ਘਰੋਂ ਅਤੇ ਟਾਈਮ ਹੋ ਗਿਆ 4:30 ਵੱਜ ਗਏ ਇਹਨੇ ਪਹਿਲਾਂ ਹੋਸਪਿਟਲ ਗਏ ਫਿਰ ਉਹਨਾਂ ਨੇ ਲਿਖ ਦਿੱਤੀ ਸਕੈਨਿੰਗ ਅਤੇ ਉਹ ਕਰਾ ਕੇ ਅਤੇ ਫਿਰ ਹੋਸਪਿਟਲ ਗਏ ਦੁਬਾਰਾ ਹੈ ਨਾ ਫਿਰ ਟਾਈਮ ਲੱਗ ਗਿਆ ਕਾਫੀ ਜਿੱਥੇ ਸਕੈਨਿੰਗ ਕਰਾਉਣਗੇ ਉੱਥੇ ਕਾਫੀ ਟਾਈਮ ਉਹਨੂੰ ਲੱਗ ਗਿਆ ਘੱਟ ਤੋਂ ਘੱਟ 2-3 ਘੰਟੇ ਤੋਂ ਉੱਥੇ ਲੱਗ ਗਏ ਹਨ ਅਤੇ ਫਿਰ ਹੋਸਪਿਟਲ ਚਲੇ ਗਏ ਬਾਅਦ ਵਿੱਚ ਜਦੋਂ ਗਏ ਉਦੋਂ ਡਾਕਟਰ ਸਾਹਿਬ ਨੇ ਮਿਲੇ ਉਹ ਵੀ ਉਦੋਂ ਗਏ ਸੀ ਆਪਣਾ ਲੰਚ ਟਾਈਮ ਹੋਇਆ ਹੈ ਉਸ ਤੋਂ ਬਾਅਦ ਫਿਰ ਹੁਣ ਸ਼ਾਮੀ 3 ਵਜੇ ਮਿਲੇ ਆ ਕਰਦਿਆਂ ਕਰਾਉਂਦੇ ਹਨ 4 ਵੱਜ ਗਏ ਘਰ ਆਉਂਦੇ ਹਨ ਅਤੇ ਚਲੋ ਪਰਮਾਤਮਾ ਸਭ ਕੁਛ ਠੀਕ ਰੱਖੇ ਵੈਸੇ ਸਭ ਕੁਛ ਠੀਕ ਹੈ ਗੁਰੂ ਰਾਮਦਾਸ ਦੀ ਕਿਰਪਾ ਰਵੇ ਅਕਾਲ ਪੁਰਖ ਕਿਰਪਾ ਕਰੇ ਸਭ 'ਤੇ ਜਿਹਦੇ ਵੱਜਦੇ ਰਹਿਣ ਸਭ ਕੁਛ ਚਲੋ ਕੋਈ ਨਹੀਂ ਪਰਮਾਤਮਾ ਚੜ੍ਹਦੀ ਕਲਾ ਰੱਖੇ ਸਭ ਕੁਛ ਠੀਕ ਰੱਖੇ ਅਕਾਲ ਪੁਰਖ ਅਤੇ ਬਾਕੀ ਫਿਲਟਰ ਵਾਲਾ ਵੀਰ ਅੱਜ ਆਉਣਾ ਸੀ ਫਿਟਿੰਗ ਕਰਨ ਵਾਸਤੇ ਉਹ ਕਹਿੰਦਾ ਮੈਂ ਆਉਣਾ ਆਇਆ ਨਹੀਂ ਅੱਜ ਅਤੇ ਚਲੋ ਫਿਰ 2-2 ਫੁਲਕੇ ਲਾ ਕੇ ਖਾ ਲਈ ਹਨ ਭੁੱਖ ਲੱਗ ਗਈ ਹੁਣ ਹੈ ਚਲੋ ਅਤੇ ਮੈਂ ਉਹਨਾਂ ਜਿਹੜੇ ਚਗਾਟ ਦਾ ਕਰ ਲਾਂ ਕੰਮ ਡਰੈਸ ਬਦਲੀ ਹੈ ਆਪਣੀ ਡਰੈਸ ਆਪਣੀ ਬਦਲ ਕੇ ਇਹਦਾ ਖਲਾਰਾ ਮੁਕਾ ਦਈਏ ਅੱਜ ਇਹ ਟਾਟ ਦਾ ਇਹ ਕੰਮ ਕਰ ਦੇਣਾ ਅੱਜ ਯਾਰ ਬੜੇ ਦਿਨ ਹੋ ਗਏ ਹੈ ਨਾ ਅਤੇ ਉਹਨੇ ਉਹ ਫਰੇਮ ਬਣੂਗਾ ਤਾਂ ਫਿਰ ਹੀ ਸ਼ੀਸ਼ੇ ਆਉਣਗੇ ਇੱਕ ਸ਼ੀਸ਼ਾ ਥੋੜ੍ਹੇ ਕਿਰਾਇਆ ਕਿੰਨਾ ਲੱਗ ਜਾਣਾ ਵਾ ਮੈਂ ਕਿਹਾ 3 ਸ਼ੀਸ਼ੇ ਮੰਗਾ ਲੈਂਦੇ ਇਕੱਠੇ ਉਹ ਸਾਇਜ਼ ਉਹ ਡਾਟ ਬਣਾ ਕੇ ਸਾਇਜ਼ ਨਿਕਲੋ ਕਹਿੰਦਾ ਫਿਰ ਸ਼ੀਸ਼ੇ ਆਉਣੇ ਉਦਾਂ ਸਾਇਜ਼ ਨਹੀਂ ਆ ਜਾਣੇ ਕੱਲ੍ਹ ਨੂੰ ਆ ਜਾਣੇ ਕੱਲ੍ਹ ਨੂੰ ਸ਼ੀਸ਼ੇ ਗੁੱਡ ਕੱਲ੍ਹ ਆ ਜਾਣੇ ਪਰਸੋਂ ਕੱਲ੍ਹ ਜਾਂ ਪਰਸੋਂ ਕੋਈ ਗੱਲ ਨਹੀਂ 2-4 ਦਿਨ 'ਚ ਆ ਜਾਣੇ ਯਾਰ ਕਾਹਲੀ ਕਾਹਲੀ ਹੌਲੀ ਹੌਲੀ ਆਰਾਮ ਨਾਲ ਹੋਣੀਆਂ ਕੰਮ ਸਾਰੇ ਇਹ ਰੇਟ ਨਿਕਲਦੇ ਰਹਿਣੇ ਇਹ ਰੇਟ ਕਿਉਂਕਿ ਆਪਾਂ ਖਰਚ ਕੱਚਾ ਪਾਇਆ ਆਪਣਾ ਅਜੇ ਕੱਚੇ ਚੱਕਰ 'ਚ ਇੱਦਾਂ ਨਿਕਲਦਾ ਬਾਕੀ ਇੱਦਾਂ ਰੇਤ ਰੂਤ ਇੱਦਾਂ ਰਹਿਣੀ ਹੈ ਕੋਈ ਨਹੀਂ ਬਾਅਦ 'ਚ ਟੈਲਾਂ ਲਵਾ ਲਵਾਂਗੇ ਥੋੜ੍ਹੇ ਟਾਈਮ ਰੁਕ ਕੇ ਹੁਣ ਪੱਕੇ ਕਰਾਵਾਂਗੇ ਤੁਹਾਨੂੰ ਫਿਰ ਖਰਚਾ ਪੈ ਜਾਣਾ 300 ਬਿਹਤਰ ਪਾ ਕੇ ਸਿੱਧੀ ਟੈਲਾਂ ਹੀ ਲਵਾ ਲਵਾਂਗੇ ਹੁਣ ਥੋੜ੍ਹਾ ਟਾਈਮ ਰੁਕ ਕੇ ਰਸੋਈ ਦੇ ਵਿੱਚ ਮੈਟ ਵਿਛਾ ਲੈਂਦੇ ਹਾਂ ਥੋੜ੍ਹਾ ਟਾਈਮ ਰੁਕ ਕੇ ਨਾ ਆਹ 2-4 ਦਿਨ ਦੇ ਵਿੱਚ ਮੈਟ ਵਿਛਾ ਕੇ ਉੱਥੇ ਬਕਸੇ ਬਣਾ ਦਿੰਦੇ ਹਾਂ ਬਕਸੇ ਬਣਾ ਦਿੰਦੇ ਸਮਾਨ ਥੋੜ੍ਹਾ ਉਹ ਅੰਦਰ ਪਿਆ ਵੇਖੋ ਉਹ ਤੋਂ ਛੱਡਣਾ ਉਹ ਪਲਾਈਵੁੱਡ ਪਏ ਅੰਦਰ ਉਹ ਕੱਟ ਕੇ ਅਤੇ ਉਹ ਆਪਾਂ ਲਾ ਦੇਣਾ ਇੱਥੇ ਬਕਸੇ ਬਣਾ ਦੇਣੇ
ਮੈਂ ਕਿਹਾ ਅੰਦਰ ਲਾ ਲਓ ਨਾਲੇ ਮਗਰ ਬੰਨੀ ਮੈਂ ਤੁਹਾਡੇ ਠੀਕ ਆ ਅੰਦਰ ਲਾ ਲਓ ਇਹਨੂੰ ਮੈਂ ਆਖਿਆ ਮੈਂ ਕਿਹਾ ਹੁਣ ਆਹ ਮੈਂ ਕੰਮ ਲੱਗਾ ਸੀ ਕਰਨ ਇੱਧਰ ਮੈਂ ਕਿਹਾ ਬਣਾ ਦੀ ਇਹਦਾ ਸ਼ੀਸ਼ੇ ਦਾ ਸੈਚ ਕੱਢ ਦੀ ਪਰ ਨਹੀਂ ਹੁਣ ਕਹਿੰਦੇ ਉਹ ਡੈਡੀ ਵਾਲੇ ਪਲਾਟ 'ਚ ਜਾਣਾ ਕਿੰਨਾ ਕੰਮ ਮੈਂ ਦੇਖ ਕੇ ਆਉਣਾ ਚੱਲ ਫਿਰ ਆ ਜਾ ਤੁਰ ਕੇ ਚੱਲ ਜਾਂਦੇ ਮੈਂ ਤਾਂ ਕਹਿੰਦਾ ਚੱਲ ਜਾਂਦੇ ਆ ਜਾਓ ਚੱਲ ਆ ਜਾ ਧਿਆਨ ਨਾ ਇਹ ਧਿਆਨ ਇਹ ਦੇਖ ਕੇ ਉਹਨੇ ਕਿੱਥੇ ਤੱਕ ਪਹੁੰਚਿਆ ਕੰਮ ਵੈਸੇ ਇਹਨਾਂ ਦਾ ਮਿਸਤਰੀ ਸਾਹਿਬ ਦੂਰੋਂ ਵੇਖ ਲਿਆ ਆਪਾਂ ਲੱਗੇ ਆ ਅਸੀਂ ਆਖਿਆ ਚਲੋ ਉੱਤੋਂ ਦੀ ਉਹਨੇ ਪਰ ਨਹੀਂ ਸ਼ੋਰਟਕੱਟ ਹੀ ਆ ਗਏ ਆਪਾਂ ਵਿੱਚੋਂ ਦੀ ਦਸ ਪੰਦਰਾਂ ਮਿੰਟ ਲੱਗ ਗਏ ਸਾਨੂੰ ਹੁੰਦੇ ਆ ਸਤਿ ਸ਼੍ਰੀ ਅਕਾਲ ਡੈਡੀ ਜੀ ਆਪ ਵੀ ਲੱਗੇ ਨਾਲ ਚਲ ਆ ਜਾ ਖਾਈਏ ਕਿੱਥੇ ਤੱਕ ਪਹੁੰਚਿਆ ਕੰਮ ਧਿਆਨ ਨਾ ਆਵੀ ਧਿਆਨ ਚੱਲ ਤਾਂ ਇੱਥੇ ਤੱਕ ਹੀ ਆ ਜਾ ਧਿਆਨ ਨਾ ਹੋਰ ਚਿੱਕੜੀ ਆਰਾਮ ਸੇ ਇੱਥੇ ਸਬਜ਼ੀਆਂ ਸੁਬਜ਼ੀਆਂ ਚੰਗੀਆਂ ਲਾਈਆਂ ਡੈਡੀ ਹੋਣਾਂ ਨੇ ਹੋਰ ਭਾਅ ਜੀ ਠੀਕ ਠਾਕ ਆਹ ਕੀ ਆਹ ਖਾਲੀ ਦਰਵਾਜ਼ਾ ਨਿਕਾਲਿਆ ਛੱਡਤਾ ਇਹਨਾਂ ਨੇ ਬੜੇ ਸਕੀਮੀ ਆ ਠੀਕ ਠਾਕ ਬਹੁਤ ਵਧੀਆ ਬਣਾਤਾ ਜਗਾੜ ਹੈ ਲੈ ਵੀ ਆ ਕਮਰਾ ਪਾਤਾ ਕਿੰਨੇ ਬਾਏ ਕਿੰਨੇ ਦਾ ਹੈ ਬਾਰਾਂ ਇਹਨੂੰ ਇੱਧਰ ਨੂੰ ਅੱਛਾ ਅੱਛਾ ਬਾਰਾਂ ਫੁੱਟ ਇੱਧਰ ਨੂੰ ਪੰਦਰਾਂ ਫੁੱਟ ਆ ਚੰਗਾ ਖੁੱਲ੍ਹਾ ਕਮਰਾ ਵੈਸੇ ਹਾਂ ਟੀਨਾ ਪਾਓਗੇ ਹੈ ਨਾ ਕਰਤਾ ਟੇਪਰ ਵੈਸੇ ਚਲੋ ਵਧੀਆ ਹਾਂ ਵਧੀਆ ਮੁੜ ਕੇ ਕੱਲ੍ਹ ਨੂੰ ਜੇ ਲੈਂਟਰ ਪਾਉਣਾ ਵਾ ਤਾਂ ਮੁੜ ਕੇ ਹਾਂਜੀ 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 ਇਹ ਵਧੀਆ ਆਹ ਚਾਹੀਦੀ ਤੁਹਾਨੂੰ ਘੋੜੀ ਮੈਂ ਚਲੋ ਠੀਕ ਆ ਆਹ ਕਮਰਾ ਇੱਥੇ ਆਹ ਦਰਵਾਜ਼ਾ ਲਿਆਉਂਦਾ ਕਿੱਥੋਂ ਲਿਆਉਂਦਾ ਕੁਆੜੀ ਕੋਲ ਲਿਆਉਂਦਾ ਦਰਵਾਜ਼ਾ ਹਾਂਜੀ ਇਕਤਾਲੀ ਸੌ ਦਾ ਇਹਦਾ ਕਿੱਥੇ ਨਟ ਬੋਲਟ ਅੱਛਾ ਅੱਛਾ ਤੁਸੀਂ ਤਾਂ ਕਹਿੰਦੇ ਘਰੇ ਹੈਗਾ ਦਰਵਾਜ਼ਾ ਕਹਿਣ ਡੇ ਉਹ ਨਹੀਂ ਅੱਛਾ ਇਹ ਹੈ ਤੇ ਮਜ਼ਬੂਤ ਹੈ ਵੈਸੇ ਚਲੋ ਵਧੀਆ ਹੋ ਗਿਆ ਤੇ ਆਹ ਵਿੱਚ ਛੱਡਣਾ ਦਰ ਦਰ ਛੱਡਤਾ ਵੀ ਦੇਖਦੇ ਆ ਵੀ ਕੋਈ ਗਰੇਦ ਗਰੂਦ ਫਿਰ ਲੈ ਆਉਂਦੇ ਇਹ ਦਿਨ ਕਰਨਾ ਹੀ ਹੈ ਕਹਿੰਦਾ ਛੱਡਣਾ ਫਿਰ ਉਹ ਮਾੜਾ ਮੋਟਾ ਫਿਰ ਉਹ ਕੀ ਫਾਇਦਾ ਫਿਰ ਮੁੜ ਕੇ ਤੋਆ ਤੜੀਆ ਪੈਣਾ ਹੁਣ ਆਹੋ ਹੁਣ ਉਹ ਗਰੇਦ ਜੀ ਤੇ ਆਹ ਕਿੰਨੀ ਜਗ੍ਹਾ ਛੱਡ 3 ਫੁੱਟ ਦਾ ਦਰਵਾਜ਼ਾ ਆਹੋ 3 ਦਾ ਵਾ ਇਹ ਮਤਲਬ 39 ਇੰਚ 40 ਛੱਡੀ ਕਿੰਨਾ ਛੱਡਿਆ 39 ਇੰਚ 40 ਇੰਚ ਆ ਵੀ 6 ਕੁੰਡੇ ਵੀ ਚੋਣੇ ਕਿ ਅੱਛਾ ਅੱਛਾ ਕਿੰਨੀ ਮਜ਼ਬੂਤ ਲੱਗੀ ਟੂ ਨਹੀਂ ਭਾਰੀ ਅੱਛਾ ਮੇਨ ਗੇਟ ਉੱਥੇ ਲੱਗ ਜਾਏ
ਨਹੀਂ ਠੀਕ ਆ ਵਧੀਆ ਬਣ ਗਿਆ ਇੱਥੇ ਤੱਕ ਹੀ ਖਤਮ ਬਣ ਜਿਸ ਤਰ੍ਹਾਂ ਕਰਤਾ ਹੈ ਨਾ ਚਲੋ ਵਧੀਆ ਬਣ ਗਿਆ ਲੱਗਣਗੇ ਦੋ ਦਿਨ ਹਨ ਅਜੇ ਦੋ ਦਿਨ ਲੱਗਣੇ ਆ ਉਹ ਮੇਰੇ ਰਾਦਾ ਉਹ ਜਿਹੜੀ ਮਿੰਦੀ ਹੋਈ ਨਾ ਉਹ ਵੀ ਸਹੀ ਕਰਨੀ ਉਹ ਕਰਾਉਣੀ ਪੈਣੀ ਸਿੱਧੀ ਹਨ ਕਾਰੀ ਨਹੀਂ ਇਹ ਚੰਗਾ ਹੀ ਨਹੀਂ ਤੇ ਫਿਰ ਮੇਰੇ ਵਾਂਗੂ ਬਾਅਦ ਚ ਪਾੜ ਕੇ ਤੇ ਫਿਰ ਕਰਨੀ ਪੈਣੀ ਉਹ ਕਾਰੀ ਨਹੀਂ ਇਹ ਚੰਗਾ ਹੀ ਇਹਦੇ ਉੱਤੇ ਬੀਮ ਹੀ ਨਹੀਂ ਹੈਗਾ ਇਹਦੇ ਉੱਪਰ ਕੀ ਹੈਗਾ ਨਹੀਂ ਹੈਗਾ ਨਾ ਸਰੀਆ ਤੇ ਪਾਇਆ ਵਿੱਚ ਵਿੱਚ ਸਰੀਆ ਤੇ ਪਾਇਆ ਠੀਕ ਨਹੀਂ ਇੱਟਾਂ ਤੇ ਡੈਂਟ ਰੇਲਾ ਨਹੀਂ ਇੱਟਾਂ ਕੱਚੀਆਂ ਲਾ ਕੇ ਨਹੀਂ ਬੰਦ ਕਰਾ ਦਿਓ ਗੈਰ ਗ੍ਰੇਡ ਲਾ ਲਈ ਅੱਛਾ ਇਸਨਾਂ ਦਾ ਵੀ ਉਹ ਮੋੜ ਕੇ ਕੱਚੀਆਂ ਦਾ ਕੀ ਫਾਇਦਾ ਇਹ ਤੇ ਕੱਚਾ ਹੀ ਕੰਮ ਰਿਹਾ ਆ ਇੰਨਾ ਮਜ਼ਬੂਤ ਦਾ ਹੁੰਦਾ ਕੀ ਫਾਇਦਾ ਹੈ ਨਾ ਕਮਰਾ ਚੰਗਾ ਵੱਡਾ ਬਣ ਗਿਆ ਨਾ 12-15 ਦਾ ਹਨਾ ਰੂਮ ਹੀ ਬਣ ਗਿਆ ਪੂਰੇ ਦਾ ਪੂਰੇ ਇੱਧਰ ਨੂੰ ਹੋ ਗਿਆ ਸਾਢੇ 11 ਇੱਧਰ ਨੂੰ ਅੰਦਰ ਇੱਧਰ ਨੂੰ 15 ਸਾਢੇ 17 ਘੋੜੀ ਦੀ ਆਪਣੀ ਲੋੜ ਸੀ ਮੈਂ ਕਿਹਾ ਚਲੋ ਘੋੜੀ ਲੈ ਆਉਂਦੇ ਉੱਧਰ ਵਾਧੂ ਪਈ ਇਸ ਬੰਨੇ ਗੇੜਾ ਮਾਰਿਆ ਮਾੜਾ ਜਿਹਾ ਕਿਉਂ ਬਈ ਇੱਦਾਂ ਹੀ ਵੇਖਣਾ ਵੀ ਚਾਹੀਦਾ ਕਿੱਥੇ ਤੱਕ ਪਹੁੰਚਿਆ ਸੀ ਕੰਮ ਉੱਧਰ ਦੀਪ ਵੀ ਆ ਗਿਆ ਚੱਪਲ ਕਿੱਧਰ ਜਾਣ ਡਈ ਤੇਰੀ ਸਹੀ ਕਰ ਦੇ ਪੈਰ ਤਾਂ ਕਰ ਤਾਂ ਕਰਤਾਂ ਪੈਰ ਤਾਂ ਕਰ ਪੈਰ ਆ ਕਿੱਧਰ ਪਾਉਣੇ ਕਿੱਧਰੋਂ ਪਾਈ ਦਾਦੀ ਨੇ ਲੈ ਕੇ ਦਿੱਤੀ ਚੱਪਲ ਪਾੜੀ ਦਾਦੀ ਨੇ ਲੈ ਕੇ ਦਿੱਤੀ ਸੀ ਪੱਪਲ ਚਲੋ ਵੀ ਹੁਣ ਤੁਰੇ ਫਿਰੋ ਸਿੱਧੀਆਂ ਮਾਰੋ ਫਰਾਕ ਨਾਲ ਮੈਚਿੰਗ ਕੀਤੀ ਫਰਾਕ ਨਾਲ ਮੈਚਿੰਗ ਕਰਕੇ ਆਏ ਅੱਜ ਇੱਕ ਜੁੰਡੀ ਕੀਤੀ ਓ ਦਾਦੀ ਦਾਦੀ ਕਿੱਥੇ ਆ ਅਗਨ ਦਾਦੀ ਕਿੱਥੇ ਦਾਦੀ ਦਾ ਦਾਦੀ ਪੱਪੜ ਇਹ ਕਹਿੰਦੇ ਪੱਪੜ ਕੀ ਕਰਦੀ ਪੱਪੂ ਹਰਗੋ ਨਾ ਕੱਲੀ ਆ ਗਈ ਕੱਲੀ ਅੱਜ ਕੱਲੀ ਆਈਆਂ ਹੈਂ ਬੋਲਦੇ ਨੇ ਇੱਧਰ ਆਉਂਦਾ ਕਾਂਟੂਨ ਜੇ ਲਾਤੇ ਆ ਮੈਂ ਬੈਠੀ ਲੱਗੀ ਹਾਂ ਭਿੰਡੀਆਂ ਕੱਟਣ ਮੈਂ ਕਿਹਾ ਚਲੋ ਅੱਜ ਭਿੰਡੀਆਂ ਦੀ ਸਬਜ਼ੀ ਬਣਾ ਲੈਂਦੇ ਹਾਂ ਭਿੰਡੀਆਂ ਰਸਤੇ ਵਿੱਚੋਂ ਪੈ ਕੇ ਆਏ ਸੀ ਜਦੋਂ ਮੈਡੀਸਨ ਲੈਣ ਗਏ ਸੀ ਅਤੇ ਅੱਜ ਬਣਾਵਾਂਗੇ ਅਸੀਂ ਭਿੰਡੀਆਂ ਹਾਂਜੀ ਕੀ ਬਣ ਰਿਹਾ ਭਿੰਡੀਆਂ ਲੈ ਵੀ ਆਪਣਾ ਥੋੜ੍ਹਾ ਕੰਮ ਰਹਿ ਗਿਆ ਬਸ ਮੈਂ ਹੁਣੇ ਸ਼ਹਿਰ ਗਿਆ ਸੀ ਆਹ ਮੈਂ ਲੈ ਕੇ ਆਇਆ ਸਕਰੂ ਜੇ ਥੋੜ੍ਹੇ ਘੱਟ ਗਏ ਸੀ ਆਪਣੇ ਮੈਂ ਕਿਹਾ ਫਿਰ ਰਾਤ ਨਹੀਂ ਰਾਹ ਜਾਣਾ ਮੁੜ ਕੇ ਮਿਲ ਜਾਣੀ ਟਾਈਮ ਹੋ ਗਿਆ 8 ਵਜੇ ਦਾ ਅਤੇ ਮੈਂ ਕਿਹਾ ਚਲੋ ਸਕਰੂ ਜੇ ਘੱਟ ਗਏ ਲਾ ਦਿੰਦੇ ਬਾਕੀ ਸਾਲ ਚ ਹੋ ਗਈ ਇਹਨੂੰ ਆਪਾਂ ਹੁਣ ਇੱਥੇ ਇੱਕ ਪੀਸ ਪਾਉਣਾ ਪਾ ਕੇ ਤੇ
ਅੱਜ ਫਾਈਨਲ ਕਰ ਦੇਣਾ ਸਵੇਰੇ ਤੇ ਸ਼ੀਸ਼ਾ ਮੰਗਾ ਕੇ ਤੇ ਫਿਲਹਾਲ ਲਾ ਦੇਣੇ। ਹਾਂਜੀ ਯਾਰ ਕੱਲ ਨੂੰ ਜਿਹੜੇ ਮਤਲਬ ਕਿ ਸ਼ੀਸ਼ੇ ਉਹ ਲੈ ਆਉਣੇ ਹਨਾ ਸ਼ੀਸ਼ੇ ਕੱਲ ਸ਼ੀਸ਼ੇ ਇਹਨਾਂ ਨੇ ਲਗਾ ਦੇਣੇ ਨੇ ਇੱਥੇ ਲੈ ਤੁਸੀਂ ਤਾਂ ਰੋਜ਼ ਇੱਦਾਂ ਕਹਿੰਦੇ ਹੋ ਕੱਲ ਲਗਾ ਦਿਓ ਕੱਲ ਸ਼ੀਸ਼ੇ ਠੀਕ ਆ ਪੱਕਾ ਥੋੜ੍ਹਾ ਵਧੀਆ ਘਰ ਲੱਗੂਗਾ ਸੋਹਣਾ ਰਾਤ ਦਾ ਟਾਈਮ ਹੋ ਗਿਆ ਤੇ ਅਜੇ ਤੱਕ ਲੱਗੇ ਨੇ ਡੇਗਣਾ ਪਈ ਉਹ ਮਗਰ ਮਸ਼ੀਨ ਆ ਬੋਲਦੇ ਗਰਮੀ ਲੱਗਦੀ ਤੇ ਪੱਖਾ ਲਾ ਦਾ ਕੋਈ ਨੀ ਇੱਥੇ ਵੀ ਲੱਗੂਗਾ ਪੱਖਾ ਪੱਖੇ ਦੀ ਕਿਹੜੀ ਗੱਲ ਹੈ ਲੱਗ ਲੱਗ ਜਾਏਗਾ ਜਿੱਥੇ ਪਰਮਾਤਮਾ ਨੇ ਇੰਨਾ ਕੀਤਾ ਵਾ ਤੇ ਪੱਖੇ ਨਾ ਲੱਗਣਗੇ ਉਹ ਵੀ ਲੱਗਣਗੇ ਬਿਲਕੁਲ ਬਿਲਕੁਲ ਰਾਈਟ ਗੱਲ ਰਾਈਟ ਹੁਣ ਤੁਸੀਂ ਫਿਰ ਰੋਟੀ ਖਾਣੀ ਕਿ ਨਹੀਂ ਟਾਈਮ ਬਹੁਤ ਹੋ ਗਿਆ ਜੀ ਲੈ ਵੀ ਸਕਰੂਜ਼ ਕਰਾ ਮਾਰਤੇ ਅਸੀਂ ਇਹਨੂੰ ਅਤੇ ਮੱਛਰ ਲੰਡਿਆ ਹੋਇਆ ਕਛੂਆ ਲਾਤਾ ਲਾਗੇ ਮੱਛਰ ਖਾ ਗਿਆ ਵੜ ਵੜ ਕੇ ਲੈ ਵੀ ਟੀ ਵੀ ਚੱਲ ਗਿਆ ਇੱਧਰ ਟਾਈਮ ਹੋ ਗਿਆ 10:30 ਦਾ 10:15 ਅਤੇ ਰੋਟੀ ਪਾਣੀ ਆਪਣਾ ਆ ਗਿਆ ਅੱਜ ਛਕ ਲਓ ਫਿਰ ਰੋਟੀ ਪਾਣੀ ਭਿੰਡੀਆਂ ਚਲੋ ਮਿਲਦੇ ਹਾਂ ਨੈਕਸਟ ਵਲੌਗ ਜੇ ਵਲੌਗ ਵਧੀਆ ਲੱਗਾ ਤਾਂ ਕਮੈਂਟ ਜ਼ਰੂਰ ਕਰਿਓ ਸਾਡਾ ਫੇਸਬੁੱਕ 'ਤੇ ਪੇਜ ਹੋਏਗਾ ਉਹਨੂੰ ਜ਼ਰੂਰ ਫੋਲੋ ਕਰੋ Good night, whatever.